ਰਾਸ਼ਟਰੀ ਆਕਾਲ ਜੀ ਮੈਂ ਕਰਨ ਹੰਡਾ ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਪੰਜਾਬੀ ਲੋਕਾਂ ਦੀ ਆਵਾਜ਼ ਲੋਕਾਂ ਲਈ ਇੱਕ ਵੱਡੀ ਖਬਰ ਅਹਿਮ ਖਬਰ ਤੁਹਾਡੇ ਤਾਈ ਲੈ ਕੇ ਹਾਜ਼ਰ ਹੋ ਰਹੇ ਹਾਂ ਜੀ ਖਬਰ ਜੁੜੀ ਹੋਈ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਜੀ ਦੇ ਨਾਲ ਜੀ ਹਾਂ ਬਿਲਕੁਲ ਸਹੀ ਸੁਣਿਆ ਗੁਰਮੀਤ ਰਾਮ ਰਹੀਮ ਜੀ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬੀਜੇਪੀ ਸਰਕਾਰ ਵੱਲੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ 2022 ਦੇ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਚ ਰਿਹਾਈ ਮਿਲ ਸਕਦੀ ਹੈ ਜੀ ਹਾਂ ਅਹਿਮ ਖਬਰ ਤੁਸੀਂ ਸਹੀ ਸੁਣ ਰਹੇ ਹੋ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚੋਂ ਰਿਹਾਈ ਮਿਲਣ ਦੇ ਅਸਾਰ ਸਾਹਮਣੇ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਭਾਜਪਾ ਸਰਕਾਰ ਇਹ ਕਦਮ 2022 ਦੇ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਚੱਕ ਸਕਦੀ ਹੈ ਗੁਰਮੀਤ ਰਾਮ ਰਹੀਮ ਨੂੰ ਮਿਲ ਸਕਦੀ ਹੈ ਰਿਹਾਈ ਤੁਹਾਨੂੰ ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਇਸ ਵੇਲੇ ਹਰਿਆਣਾ ਦੇ ਸਨਾਰੀਆ ਜੇਲ੍ਹ ਦੇ ਵਿੱਚ ਇੱਕ ਪੱਤਰਕਾਰ ਦੇ ਕਤਲ ਅਤੇ ਦੋ ਬਲਾਤਕਾਰਾਂ ਦੇ આરોਪ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ 2017 ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਵੇਲੇ ਪੰਚਕੁਲਾ ਦੇ ਵਿੱਚ ਵੀ ਦੰਗੇ ਪੜਕਾਏ ਗਏ ਸਨ ਉਹਨਾਂ ਦੇ ਭਗਤਾਂ ਵੱਲੋਂ ਕਾਫੀ ਦੰਗੇ ਪੜਕਾਏ ਜਾਣ ਤੋਂ ਬਾਅਦ ਪੁਲਿਸ ਨੂੰ लाठी चार्ज ਕਰਕੇ ਬੜੀ ਉਖਾਈ ਦੇ ਨਾਲ ਮਾਹੌਲ ਨੂੰ ਸੰਭਾਲਣਾ ਪਿਆ ਸੀਗਾ ਕੋਰਟ ਵੱਲੋਂ ਸੁਣਾਈ ਗਈ ਸਜ਼ਾ ਦੇ ਹਿਸਾਬ ਨਾਲ ਘੱਟੋ-ਘੱਟ 20 ਸਾਲ ਦੀ ਜੇਲ ਗੁਰਮੀਤ RAM ਰਹੀਮ ਨੂੰ ਸੁਣਾਈ ਗਈ ਸੀ ਇਸ ਤੋਂ ਪਹਿਲਾਂ ਉਹਨਾਂ ਦਾ ਬਾਹਰ ਆਣਾ ਮੁਸ਼ਕਲ ਦੱਸਿਆ ਜਾ ਰਿਹਾ ਸੀ ਪਰ ਹੁਣ ਤਾਜ਼ਾ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ 2022 ਦੇ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਗੁਰਮੀਤ RAM ਰਹੀਮ ਦੀ ਰਿਹਾਈ ਹੋ ਸਕਦੀ ਹੈ ਇਸ ਦਾ ਕਾਰਨ ਸਪਸ਼ਟ ਹੈ ਕਿ ਜੇਲ੍ਹ ਜਾਣ ਤੋਂ ਬਾਅਦ ਵੀ سنگੀਨ આરોਪਾਂ ਦੇ ਆਧਾਰ ਤੇ ਜੇਲ੍ਹ ਜਾਣ ਤੋਂ ਬਾਅਦ ਵੀ ਗੁਰਮੀਤ ਰਾਮ ਰਹੀਮ ਦੇ ਭਗਤ ਅੱਜ ਵੀ ਉਹਨਾਂ ਤੋਂ ਟੁੱਟੇ ਨਹੀਂ ਕਈ ਲੋਕ ਅੱਜ ਵੀ ਉਹਨਾਂ ਨੂੰ ਪਿਤਾ ਜੀ ਅਤੇ ਬਾਬਾ ਜੀ ਕਹਿ ਕੇ ਸੰਬੋਧਨ ਕਰਦੇ ਨੇ ਇਸ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਗੁਰਮੀਤ ਰਾਮ ਰਹੀਮ ਅੱਜ ਵੀ ਕਰੋੜਾਂ ਲੋਕਾਂ ਦੀ ਵੋਟ ਦਾ ਦਾਅਵਾ ਰੱਖਦਾ ਹੈ ਤੇ ਵੋਟਾਂ ਦੇ ਦਾਅਵੇ ਰੱਖਣ ਵਾਲੇ ਇਸ ਬਾਬੇ ਨੂੰ 2022 ਇਲੈਕਸ਼ਨਾਂ ਤੋਂ ਪਹਿਲਾਂ ਰਿਹਾ ਕੀਤਾ ਜਾ ਸਕਦਾ ਹੈ ਸੋ ਜ਼ਾਹਰ ਹੈ ਕਿ ਰਾਜਨੀਤੀ ਜ਼ਿੰਦਗੀ ਦੇ ਹਰ ਪੱਖ ਦੇ ਵਿੱਚ ਸਪਸ਼ਟ ਨਜ਼ਰ ਆਉਂਦੀ ਹੈ ਤੇ ਸੋ ਬੀਜੇਪੀ ਸਰਕਾਰ ਵਿਚਾਰ ਕਰ ਸਕਦੀ ਹੈ 2022 ਦੇ ਇਲੈਕਸ਼ਨਾਂ 'ਚ ਗੁਰਮੀਤ ਰਾਮ ਰਹੀਮ ਨੂੰ ਰਿਹਾਈ ਦੇਣ ਦੀ ਸੋ ਤੁਸੀਂ ਵੀ ਦੱਸੋ ਆਪਣੇ ਵਿਚਾਰ ਕੀ ਗੁਰਮੀਤ ਰਾਮ ਰਹੀਮ ਨੂੰ ਰਿਹਾਈ ਮਿਲਣਾ ਜਾਇਜ਼ ਹੈ ਕੀ ਗੁਰਮੀਤ ਰਾਮ ਰਹੀਮ ਜੇ ਜੇਲ੍ਹ 'ਚ ਬਾਹਰ ਆਉਂਦਾ ਤਾਂ ਇਹ ਇਨਸਾਫ ਹੋਵੇਗਾ ਕੀ ਇਹ ਨਿਆਂ ਹੋਵੇਗਾ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਕਰੋ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ਲਿਬਰਲ ਟੀਵੀ ਪੰਜਾਬੀ ਲੋਕਾਂ ਦੀ ਆਵਾਜ਼ ਲੋਕਾਂ ਲਈ